ਕਿ ਅੱਜ ਕੱਲ ਕੋਈ ਕਹਿੰਦਾ ਵਾ ਕਿ ਕਿਸੇ ਦੂਸਰੇ ਧਰਮ ਦੇ ਬੰਦੇ ਨੂੰ ਆਪਾਂ ਗਾਣੇ ਦੇਣਾ ਸਟੇਜ ਤੇ ਚੜਨ ਦੇਣਾ ਜਿਹੜਾ ਬੰਦਾ ਲੱਗਦਾ ਹਨ ਕਿ ਗਲਤ ਕੰਮ ਕਰਦਾ ਪਿਆ ਜਾਂ ਗਲਤ ਹੋ ਰਿਹਾ ਆ ਉਹਨੂੰ ਕਹੋ ਕੁਛ ਨਾ ਕੁਛ ਐਵੇਂ ਵਧੀਆ ਗੱਲ ਨਹੀਂ ਆ ਕਿ ਕਿ ਰਾਜਨੀਤੀ ਤੁਸੀਂ ਸੰਗੀਤ ਚ ਵੀ ਰਾਜਨੀਤੀ ਲੈ ਆਏ ਤੁਸੀਂ ਹਰ ਕੰਮ ਚ ਰਾਜਨੀਤੀ ਰਾਜਨੀਤੀ ਚ ਕੀ ਰਾਜਨੀਤੀ ਵੋਟਾਂ ਵਾਸਤੇ ਬਣੀ ਆ ਜਿਹੜਾ ਚੰਗੇ ਕੰਮ ਕਰਦਾ ਉਹਨੂੰ ਪਾ ਦਿਓ ਤੇ ਅਸੀਂ ਤੇ ਹੁਣ ਫਲੂਟ ਤੋਂ ਲੈ ਕੇ ਤਬਲਾ ਵਾਜਾ ਸਭ ਕੁਝ ਲਾਈਵ ਕਰਦੇ ਆ ਤੇ ਜੇ ਦਿਲੋਂ ਕਰਦੇ ਆ ਬਿਲਕੁਲ ਮੰਨਦੇ ਆਂ ਸੀ ਨੂੰ ਤੇ ਤਾਈਆਂ ਹੀ ਕਰਦੇ ਆਂ ਕਿ ਲੋਕਾਂ ਨੂੰ ਨਾ ਥੋੜਾ ਜਿਆ ਇਸ ਚੀਜ਼ ਨੂੰ ਸਮਝਣਾ ਚਾਹੀਦਾ ਕਿ ਵੱਧ ਤੋਂ ਵੱਧ ਰਹੀ ਨਾ 60 70 ਸਾਲ ਦੀ ਜ਼ਿੰਦਗੀ ਆ ਉਸ ਤੋਂ ਬਾਅਦ ਪਟਾਕਾ ਪੈਣਾ ਹੀ ਪੈਣਾ ਹੈ ਇੱਥੇ ਵੱਡੇ ਵੱਡੇ ਪੀਰ ਬਜ਼ੁਰਗ ਦੇਵੀ ਦੇਤੇ ਪਤਾ ਨਹੀਂ ਕਿੰਨਾ ਕੋਸ਼ ਇੱਥੇ ਦੁਨੀਆ ਤੇ ਆਇਆ ਫਿਰ ਗਏ ਆ ਕਿਹੜਾ ਮਿਊਜ਼ਿਕ ਨਾਲ ਹਿਰਾ ਫੇਰੀ ਕਰੇਗਾ ਮਹਾਮਹੀਨ ਨਾਲ ਹਿਰਾ ਫੇਰੀ ਕਰੇਗਾ ਪੀਰਾਂ ਬਜ਼ੁਰਗਾਂ ਨਾਲ ਹਿਰਾ ਫੇਰੀ ਕਰੇਗਾ ਮੇਰੇ ਖਿਆਲ ਚ ਉਹ ਕਦੀ ਜ਼ਿੰਦਗੀ ਵਿੱਚ ਬੰਦਾ ਮਾਫ ਹੀ ਨਹੀਂ ਹੋ ਸਕਦਾ ਪੰਡਿਤ ਕ੍ਰਿਸ਼ਨ ਮਹਾਰਾਜ ਬਨਾਰਸ ਦੇ ਹੋਏ ਉਹਨਾਂ ਨੇ ਕਿਹਾ ਕਿ ਗਣਾ ਨਾਮ ਗਣਪਤ ਗਣੇਸ਼ ਲੰਬੋਦਰ ਸੋਹੇ ਬੁਜਾਚਾਰ ਇੱਕ ਦੰਤ ਚੰਦਰਮਾ ਲਲਾਟ ਰਾਜੇ ਬ੍ਰਹਮਾ ਵਿਸ਼ਨੂੰ ਮਹੇਸ਼ ਤਾਲ ਦੇ ਦੁਰਪਤ ਗਾਵੇ ਅਤਿ ਵਿਚਿਤਰ ਗਣਨਾਥ ਆਜ ਮਰਦੰਗ ਬਜਾ ਦੜ ਦਰਾਨ ਦਰ ਦਰ ਕਰਦਾਨ ਦਿਨ ਦਿਨ ਤੇ ਨਗ 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 ਦਨ ਦਨ ਤੇ ਨਤਾ ਕੇ ਨਨ ਤਰ ਤੇ ਕਿਨ ਦਿਗ ਦਿਗ ਦਿਨ 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 ਕਿ ਦਿਨ ਕ ਤਾ ਕਰਦਾਨ ਆ ਕੀ ਤੁਸੀਂ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਇਟਸ ਮਾਈ ਪ੍ਰੋਮਿਸ ਸੰਪਰਕ ਕਰੋ ਅੱਜ ਅਸੀਂ ਭਗਤੀ ਸੰਗੀਤ ਦੇ ਜਿਹੜੇ ਸ਼ਾਇਦ ਦੇ ਰਿਹਾਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਨਮਸਕਾਰ ਜੀ ਨਮਸਕਾਰ ਜੀ ਜੈ ਮਾਤਾ ਦੀ ਤੇ ਤੁਸੀਂ ਵੱਡੇ ਕਹਿ ਕੇ ਮੈਨੂੰ ਥੋੜਾ ਜਿਆਦਾ ਨਰਵਸ ਕਰ ਦਿੱਤਾ ਮੈਂ ਕੋਈ ਵੱਡਾ ਨਹੀਂ ਆ ਮੈਂ ਬਸ ਇੱਕ 뮤직 ਦਾ ਸਟੂਡੈਂਟ ਆ ਤੇ 뮤직 ਦਾ ਸਟੂਡੈਂਟ ਬਣ ਕੇ ਰਵੇ ਬੰਦਾ ਤੇ ਮੇਰੇ ਖਿਆਲ ਚ ਉਹਨੂੰ ਸਾਰੀਆਂ ਚੀਜ਼ਾਂ ਦਾ ਗਿਆਨ ਥੋੜਾ ਥੋੜਾ ਕਰਕੇ ਮਿਲਦਾ ਰਹਿੰਦਾ ਤੇ ਬਾਕੀ ਠੀਕ ਹੈ ਜੋ ਵੀ ਚੱਲ ਰਿਹਾ ਵਧੀਆ ਹੈ ਤੇ ਸ਼ਾਇਦ ਜੀ ਇਹ ਦੱਸੋ ਕਿ ਤੁਹਾਡਾ ਇਸ ਲੈਨ ਚ ਧਾਰਮਿਕ ਲੈਨ ਚ ਕਿਦਾਂ ਨਾਲ ਆਇਆ ਬਸ ਸਾਡਾ ਤਬਲੇ ਦੇ ਨਾਲ ਪਿਆਰ ਆ ਤਬਲਾ ਇੱਕ ਸਾਜ਼ ਇਦਾਂ ਦਾ ਆ ਇਨਸਟਰੂਮੈਂਟਲ ਇਦਾਂ ਦਾ ਆ ਕਿ ਉਹ ਸ਼ੰਕਰ ਮਹਾਰਾਜ ਦੇ ਡਮਰੂ ਦੇ ਨਾਲ ਉਹਦੀਆਂ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਮੈਚ ਕਰਦੀਆਂ ਆ ਜੇ ਮਹਾਮਾਈ ਕਾਲੀ ਜੀ ਦਾ ਪ੍ਰਚੰਡ ਹੋਵੇ ਉਹਦੇ ਵਿੱਚ ਉਹਦੀਆਂ ਰਚਨਾਵਾਂ ਬਹੁਤ ਸਾਰੀਆਂ ਮੈਚ ਕਰਦੇ ਆ ਜੀ ਆਪਾਂ ਹੁਣ ਤੁਸੀਂ ਇਹੋ ਜਿਹਾ ਦੇਖੋ ਕਿ ਪੰਡਿਤ ਕ੍ਰਿਸ਼ਨ ਮਹਾਰਾਜ ਬਨਾਰਸ ਦੇ ਹੋਏ ਉਹਨਾਂ ਨੇ ਕਿਹਾ ਕਿ ਗਣਾ ਨਾਮ ਗਣਪਤ ਗਣੇਸ਼ ਲੰਬੋਧਰ ਸੋਹੇ 부ਜਾ ਚਾਰ ਇਕਦੰਤ ਚੰ드ਰਮਾ ਲਲਾਟ ਰਾਜੇ ਬ੍ਰਹਮਾ ਵਿਸ਼ਨੂੰ ਮਹੇਸ਼ ਤਾਲ ਦੇ ਦੁਰਪਤ ਗਾਵੇ ਅਤੀ ਪਚਿਤਰ ਗਣਨਾਥ ਆਜ ਮਰਦੰਗ ਵਜਾ ਦੜਧ ਰਾਨੰਦ ਰਧ ਰਕਧਾਨ ਦਿਨ ਦਿਨ ਤੇ ਨਗ ਨਗ ਨਕ ਦਨ ਦਨ ਤੇ ਨ ਤਕ ਨਨ ਨ ਤਕ ਇਨ ਦੇਗ ਦੇਗ ਦਿਨ ਦਿਨ ਦਿਨਕ ਦਿਨਕ ਤਾਕ ਰਧਾਨ ਕੜਕ ਤਕ ਦਰਾਨ ਨ ਤਰਾਨ ਨਾ ਕੜਕ ਤਕ ਦਰਾਨ ਨ ਤਰਾਨ ਨਾ ਦਾਕੜਕ ਤਕ ਦਰਾਨ ਨ ਤਰਾਨ ਨਾ ਤੇ ਆਪਣੇ ਆ ਵੀ ਕਾਈ ਬਾਤ ਨਾਲ ਤੇ ਜੁੜਿਆ ਤੇ ਬੰਦਾ ਵੈਸੇ ਜਦੋਂ ਠੀ ਉਸਤਾ ਉਹਨਾਂ ਦਾ ਬਹੁਤ ਆਸ਼ੀਰਵਾਦ ਆ ਜੀ ਵੱਡੇ ਭਾਜੀ ਸਾਡੇ ਮਾਸਟਰ ਸਲੀਮ ਜੀ ਉਹਨਾਂ ਦਾ ਬਹੁਤ ਆਸ਼ੀਰਵਾਦ ਆ ਤੇ ਆਸ਼ੀਰਵਾਦ ਲੈ ਕੇ ਜਦੋਂ ਕੰਮ ਸਿੱਖਿਆ ਹੋਵੇ ਤੁਸੀਂ ਚੰਗੇ ਦਿਲੋਂ ਕਰਦੇ ਪਿਆ ਤਾਂ ਫੇਰ ਮੇਰੇ ਖਿਆਲ ਚ ਕੋਈ ਸਫਾਈ ਦੇਣ ਦੀ ਜਾਂ ਕੁਝ ਜਾਂ ਤਾਂ ਕਹਿਣ ਦੀ ਲੋੜ ਹੀ ਨਹੀਂ ਤੇ ਜਿਹੜਾ ਰਾਗ ਹੈ ਜਿਹੜਾ ਤੁਸੀਂ ਹੁਣ ਸੁਣਾਇਆ ਤਬਲੇ ਦੀਆਂ ਛਲਾਈਆਂ ਤਾਨਾ ਸੁਣਾਈਆਂ ਤੇ ਅੱਜ ਕੱਲ ਜਿਹੜਾ ਸਿੰਗਰ ਹੈ ਸਿਰਫ ਗਾਣ ਦੇ ਉੱਤੇ ਧਿਆਨ ਦਿੰਦਾ ਲੇਕਿਨ ਜਿਹੜਾ ਰਾਗ ਔਰ ਸਾਜ਼ ਦਾ ਆਪਸ ਵਿੱਚ ਮੇਲ ਹੁੰਦਾ ਤੇ ਤੁਹਾਡਾ ਤਾਂ ਫੇਰ ਅਲੱਗ ਤਰ੍ਹਾਂ ਦਾ ਹੀ ਪਰਮਾਤਮਾ ਦੇ ਪ੍ਰਤੀ ਹੁੰਦਾ ਪਹਿਲਾਂ ਇਦਾਂ ਸੀ ਨਾ ਕਿ ਪਹਿਲਾਂ ਮਿਊਜ਼ਿਕ ਵਿੱਚ ਜਿਹੜੀ ਰਾਜਨੀਤੀ ਸੀ ਉਹ ਕੰਪਿਊਟਰ ਆਈ ਆਈ ਕਿ ਜਿਹੜਾ ਲਾਈਵ ਇਨਸਟਰੂਮੈਂਟਲ ਵੱਜਦੇ ਸੀਗੇ ਲਾਈਵ ਸੰਗੀਤ ਸੀਗਾ ਉਹਦਾ ਦੌਰ ਹੋ ਰਹੀ ਹੋਲੀ ਖਤਮ ਕੀਤਾ ਤੇ ਕੰਪਿਊਟਰ ਆਈ ਆ ਗਿਆ ਹੁਣ ਸਹੀ ਮੈਨੇਜਰ ਸੰਗੀਤ ਵਿੱਚ ਰਾਜਨੀਤੀ ਆ ਗਈ ਆ ਜੀ ਜੀ ਤੇ ਇਹ ਮੇਰੇ ਖਿਆਲ ਚ ਬਹੁਤ ਤਗੜਾ ਫੋੜਾ ਵਾ ਜਿਹਦਾ ਇਲਾਜ ਬਹੁਤ ਮੁਸ਼ਕਲ ਹੋ ਸਕਦਾ ਉਹ ਪਰਮਾਤਮਾ ਹੀ ਕਰ ਸਕਦਾ ਪਰਮਾਤਮਾ ਹੀ ਆ ਜਿਹੜਾ ਕਿਸੇ ਨੂੰ ਵੀ ਚੁੱਪ ਕਰਾ ਸਕਦਾ ਆ ਤੇ ਉਹਨੂੰ ਜਿਆਦਾ ਟਾਈਮ ਨਹੀਂ ਲੱਗਦਾ ਜਿਹੜਾ 뮤직 ਨਾਲ ਹਿਰਾਫੇਰੀ ਕਰੇਗਾ ਮਹਾਮੈਨ ਨਾਲ ਹਿਰਾਫੇਰੀ ਕਰੇਗਾ ਪੀਰਾਂ ਬਜ਼ੁਰਗਾਂ ਨਾਲ ਹਿਰਾਫੇਰੀ ਕਰੇਗਾ ਮੇਰੇ ਖਿਆਲ ਚ ਉਹ ਕਦੀ ਜ਼ਿੰਦਗੀ ਵਿੱਚ ਬੰਦਾ ਮਾਫੀ ਨਹੀਂ ਹੋ ਸਕਦਾ ਤੇ ਅੱਜਕੱਲ ਰਾਜਨੀਤੀ ਦੇ ਪਾਵੇ ਹੈ ਕਿ ਅੱਜਕੱਲ ਕੋਈ ਕਹਿੰਦਾ ਵਾ ਕਿ ਕਿਸੇ ਦੇ ਦੂਸਰੇ ਧਰਮ ਦੇ ਬੰਦੇ ਨੂੰ ਆਪਾਂ ਗਾਣ ਨਹੀਂ ਦੇਣਾ ਸਟੇਜ ਤੇ ਚੜਨ ਦੇਣਾ ਤੇ ਜਦੋਂ ਤੁਸੀਂ ਚੜਦੇ ਮਹਾਰਾਣੀ ਦਾ ਨਾਮ ਲੈਂਦੇ ਹੋ ਜਾਂ ਅੱਲਾ ਦਾ ਨਾਮ ਲੈਂਦੇ ਹੋ ਕਿਸੇ ਦਾ ਨਾਮ ਲੈਂਦੇ ਹੋ ਤੇ ਤੁਹਾਨੂੰ ਕੀ ਫਿਰ ਹੁੰਦਾ ਹੈ ਕਿ ਉਸ ਤੇ ਕਿਦਾਂ ਸਜਦਾ ਕਰਦੇ ਤੁਸੀਂ ਇਹ ਤੇ ਦਿਲ ਨੂੰ ਫੀਲ ਹੁੰਦਾ ਆ ਜੀ ਹੁਣ ਅਸੀਂ ਬੈਕ ਸਟੇਜ ਬੈਠੇ ਆ ਹੁਣੇ ਅਸੀਂ ਪਰਫਾਰਮ ਕਰਨ ਜਾਣਾ ਬੜੇ ਅੱਛੇ ਤਰੀਕੇ ਨਾਲ ਮਹਾਮਈ ਨੂੰ ਪ੍ਰਣਾਮ ਵੀ ਕਰਨਾ ਟਿੱਕਾ ਵੀ ਲੱਗਣਾ ਚੁੰਨੀ ਵੀ ਮਿਲਦੀਆਂ ਪਿਆਰ ਵੀ ਮਿਲਣਾ ਆ ਇੰਨੀਆਂ ਪੇਟਾਂ ਅਸੀਂ ਰਿਕਾਰਡ ਕੀਤੀਆਂ ਆ ਜਿਹੜੀਆਂ ਉਹ ਅਸੀਂ ਕੁਝ ਸਾਡੇ ਦਿਲ 'ਚ ਸ਼ਰਧਾ ਆ ਤੇ ਫੇਰ ਹੀ ਕੀਤੀ ਆ ਜੀ ਹੁਣ ਭੇਟ ਤੇ 5000 ਰੁਪਏ 'ਚ ਵੀ ਬਣ ਜਾਂਦੀ ਆ ਬਿਲਕੁਲ ਸਹੀ ਹੈ ਠੀਕ ਹੈ ਜੀ ਤੇ ਭੇਟ ਤੇ ਜਿਨ੍ਹਾਂ ਨੂੰ ਬਿਲਕੁਲ ਪਤਾ ਹੀ ਨਹੀਂ ਹੈਗਾ ਦੂਰ ਦੂਰ ਤੱਕ ਇਸ ਕੰਮ ਦਾ ਮੇਰੇ ਕਹਿਣ ਦਾ ਮਤਲਬ ਹੁਣ ਚਲੋ ਜਿਹਨੂੰ ਸਮਝ ਆ ਜਾਏ ਕੀ ਇਹਤ ਵਧੀਆ ਗੱਲ ਆ ਤੇ ਅਸੀਂ ਤੇ ਹੁਣ ਫਲੂਟ ਤੋਂ ਲੈ ਕੇ ਤਬਲਾ ਵਾਜਾ ਸਭ ਕੁਝ ਲਾਈਵ ਕਰਦੇ ਆ ਤੇ ਜੇ ਦਿਲੋਂ ਕਰਦੇ ਆ ਦਿਲੋਂ ਮੰਨਦੇ ਆ ਅਸੀਂ ਨੂੰ ਤੇ ਤਾਈਆਂ ਹੀ ਕਰਦੇ ਆ ਜੀ ਤੇ ਮੈਂ ਪਹਿਲਾਂ ਸੋਚਿਆ ਸੀਗਾ ਕਿ ਰਾਜਨੀਤੀ ਵਾਲੀ ਕੋਈ ਗੱਲ ਹੋਣੀ ਨਹੀਂ ਚਾਹੀਦੀ ਲੇਕਿਨ ਰਾਜਨੀਤੀ ਵਾਲੀ ਗੱਲ ਇਸ ਕਰਕੇ ਹੋ ਜਾਂਦੀ ਆ ਕਿ ਲੋਕਾਂ ਨੂੰ ਨਾ ਥੋੜਾ ਜਿਆ ਇਸ ਚੀਜ਼ ਨੂੰ ਸਮਝਣਾ ਚਾਹੀਦਾ ਕਿ ਵੱਧ ਤੋਂ ਵੱਧ ਰਹੀ ਨਾ 60 70 ਸਾਲ ਦੀ ਜ਼ਿੰਦਗੀ ਆ ਉਸ ਤੋਂ ਬਾਅਦ ਪਟਾਕਾ ਪੈਣਾ ਹੀ ਪੈਣਾ ਆ ਇੱਥੇ ਵੱਡੇ ਵੱਡੇ ਪੀਰ ਬਜ਼ੁਰਗ ਦੇਵੀ ਦੇਵਤੇ ਪਤਾ ਨਹੀਂ ਕਿੰਨਾ ਕੁਸ਼ ਇੱਥੇ ਦੁਨੀਆ ਤੇ ਆਇਆ ਫੇਰ ਗਏ ਆ ਤੇ ਥੋੜਾ ਸਬਰ ਕਰ ਲੈਣਾ ਚਾਹੀਦਾ ਆ ਬੜਾ ਕੁਛ ਬੜਾ ਵਧੀਆ ਚੱਲਣ ਦੇਗਾ ਆ ਬਾਕੀ ਮਰਿਆਦਾ ਦੀ ਜਿਹੜੀ ਗੱਲ ਸੀਗੀ ਮਰਿਆਦਾ ਜਿਹੜੀ ਆ ਉਹ ਕਿਹੜਾ ਐਡਾ ਬੰਦਾ ਬੇਵਕੂਫ ਹੋਏਗਾ ਜਿਹਨੂੰ ਮਰਿਆਦਾ ਦਾ ਨਹੀਂ ਪਤਾ ਲੱਗੇਗਾ ਮਰਿਆਦਾ ਦਾ ਪਤਾ ਲੱਗਦਾ ਆ ਜੇ ਤੁਸੀਂ ਮਾਂ ਪਿਓ ਨੂੰ ਇੱਜ਼ਤ ਦੇ ਸਕਦੇ ਆ ਤੇ ਤੁਹਾਨੂੰ ਮਰਿਆਦਾ ਦਾ ਪਤਾ ਹੋਣਾ ਚਾਹੀਦਾ ਤੁਸੀਂ ਆਪਣੇ ਟੀਚਰ ਨੂੰ ਇੱਜ਼ਤ ਦਿੰਨੇ ਭੀ ਤੁਹਾਨੂੰ ਮਰਿਆਦਾ ਦਾ ਪਤਾ ਆਪਣੇ ਹੱਥ ਪਾਉਣਾ ਚਾਹੀਦਾ ਤੁਸੀਂ ਗੁਰੂਆਂ ਕੋਲ ਸਿੱਖਦੇ ਹੋ ਤੁਹਾਨੂੰ ਮਰਿਆਦਾ ਦਾ ਆਪੇ ਪਤਾ ਹੋਣਾ ਚਾਹੀਦਾ ਤੇ ਇਦਾਂ ਬਿਲਕੁਲ ਮੈਂ ਤੇ ਕਦੀ ਵੇਖਿਆ ਨਹੀਂ ਵੀ ਕਿ ਕੋਈ ਬੇਅਦਬੀ ਦੇ ਨਾਲ ਕੋਈ ਕੁਸ਼ ਕਰਦਾ ਪਿਆ ਜਾ ਕਿੱਦਾਂ ਜਾਂ ਕਿੱਦਾਂ ਨਹੀਂ ਹਾਂ ਥੋੜਾ ਜਿਹਾ ਕਾਇਦਾ ਕਾਨੂੰਨ ਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਜੇ ਚੰਗਾ ਸਿੱਖਿਆ ਹੋਵੇ ਤੇ ਆਪੇ ਬ ਜੇ ਜਦੋਂ ਆਪਾਂ ਹੋਰ ਕਿਤੇ ਧਾਰਮਿਕ ਪ੍ਰੋਗਰਾਮ ਕਰਦੇ ਆਂ ਤੇ ਤੁਹਾਨੂੰ ਦੂਸਰੇ ਜਿਹੜਾ ਧਰਮ ਦੇ ਲੋਕ ਕਹਿੰਦੇ ਨੇ ਯਾਰ ਤੁਸੀਂ ਕਿਉਂ ਕਰਦੇ ਕਰੇ ਹੱਸੇ ਕਰਦੇ ਐਦਾਂ ਕਦੀ ਹੋਇਆ ਸਾਨੂੰ ਕਿਸੇ ਨੇ ਨਹੀਂ ਕੁਝ ਵੀ ਕਿਹਾ ਸਾਨੂੰ ਤੇ ਸੱਦਦੇ ਹੀ ਉਹ ਆ ਜਿਹੜੇ ਪਹਿਲਾਂ ਹੀ ਰੱਬ ਨਾਲ ਜੁੜੇ ਪਏ ਆ ਸਿੱਧੀ ਜਿਹੜੀ ਗੱਲ ਆ ਜੀ ਰਾਜਨੀਤੀ ਵਾਲੇ ਇਹਦੇ 'ਚ ਕੋਈ ਕੰਮ ਹੀ ਨਹੀਂ ਹੈਗਾ ਵਾ ਤੁਸੀਂ ਵੇਖੋ ਕਿ ਇੱਡੀ ਡੀ ਮੁਸ਼ਕਿਲ ਸੁਰਾਂ ਤੋਂ ਉੱਚੀਆਂ ਸੁਰਾਂ ਤੋਂ ਗਾਉਣਾ ਨਹੀਂ ਤਬਲੇ ਦੀ ਸਮਝ ਰੱਖਣੀ ਨਹੀਂ ਸੰਗੀਤ ਦੀ ਸਮਝ ਰੱਖਣੀ ਤੇ ਰਾਜਨੀਤੀ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਪਿਆ ਕਿ ਸੰਗੀਤ ਹੀ ਇੰਨਾ ਸਿੱਖੋ ਰਿਆਜ਼ ਇੰਨਾ ਕਰੋ ਮਿਹਨਤ ਇੰਨੀ ਕਰੋ ਤੁਹਾਨੂੰ ਰਾਜਨੀਤੀ ਕਰਨ ਦੀ ਜ਼ਰੂਰਤ ਹੀ ਨਾ ਪਵੇ ਜੀ ਤੁਹਾਨੂੰ ਰਾਜਨੀਤੀ ਕਰਨ ਦੀ ਜ਼ਰੂਰਤ ਨਾ ਪਵੇ ਤੇ ਵੀਰ ਜੀ ਅਸੀਂ ਚਾਹਾਂਗੇ ਕਿ ਇੱਕ ਵਾਰੀ ਦਰਸ਼ਕਾਂ ਨੂੰ ਵੀ ਆਪਣੇ ਸੋਹਣੇ ਦੀ ਆਵਾਜ਼ ਵਿੱਚ ਇੱਕ ਭਜਨ ਹੋ ਜਾਏ ਹਾਂ ਮੈਂ ਇੱਕ ਮਹਾਮੈਦੀਆਂ ਕਾਫੀ ਵੈਸੇ ਤੇ ਪੇਟਾਂ ਗਾਈਆਂ ਜੀ ਕੰਡਿਆਂ 'ਚ ਸਾਨੂੰ ਫੁੱਲਾਂ ਵਾਂਗੂ ਰਹਿਣਾ ਆ ਜਾਵੇ ਨਹੀਂ ਕਾਫੀ ਤੇਰਾ ਨਾ ਲੈਣਾ ਆ ਜਾਵੇ ਰੰਗਾ ਚੇ ਰੰਗਾਈ ਰੱਖੀ ਸਾਨੂੰ ਸ਼ੇਰਾਂ ਵਾਲੀ ਏ ਰੰਗਾ ਚੇ ਰੰਗਾਈ ਰੱਖੀ ਸਾਨੂੰ ਸ਼ੇਰਾਂ ਵਾਲੀ ਏ ਆਪਣਾ ਬਣਾਈ ਰੱਖੀ ਸਾਨੂੰ ਸ਼ੇਰਾਂ ਵਾਲੀ ਏ ਚੰਗਿਆਂ ਜ ਮੰਦੇ ਪਰਵਾਨ ਕਰਦਾਤੀ ਏ ਕਿਆ ਬਾਤ ਹੈ ਜੀ ਤੇ ਜੇ ਤੁਸੀ ਤੁਹਾਡੇ ਕੋ ਜਦੋਂ ਕੋਈ ਭਜਨ ਆਂਦਾ ਜਾਂ ਗੀਤ ਆਂਦਾ ਵਾ ਤੇ ਤੁਸੀਂ ਕਿਦਾਂ ਉਹਦੀ ਲਾਇ ਬਣਾਉਂਦੇ ਹੋ ਕਿਸੇ ਹੋਰ ਦਾ ਵੀ ਸਾਥ ਲੈਂਦੇ ਹੋ ਜਾਂ ਤੁਹਾਨੂੰ ਜ਼ਰਾ ਨੌਲੇਜ ਹੈਗੇ ਆਪਣੇ ਆਪ ਬਣਾਉਂਦੇ ਨਹੀਂ ਨਹੀਂ ਇੱਥੇ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੀ ਇੱਥੇ ਪਹਿਲਾਂ ਦੇ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਜੀ ਵੀ ਜੇ ਸਾਰਿਆਂ ਦਾ ਵਿੱਚ ਤਬਲੇ ਵਾਲੇ ਦਾ ਯੋਗਦਾਨ ਹੈ ਉਹਦਾ ਵੀ ਵਿੱਚ ਨਾ ਆਉਣਾ ਚਾਹੀਦਾ ਬੰਸਰੀ ਵਾਲੇ ਦਾ ਵਾ ਮਿਊਜ਼ਿਕ ਡਾਇਰੈਕਟਰ ਦਾ ਬਹੁਤ ਵੱਡਾ ਰੋਲ ਹੁੰਦਾ ਰਾਈਟਰ ਦਾ ਬਹੁਤ ਵੱਡਾ ਰੋਲ ਹੁੰਦਾ ਇਹ ਤਾਂ ਐਵੇਂ ਰੋਂਦ ਮਾਰਨ ਵਾਲੀ ਗੱਲ ਆ ਸਾਰਾ ਕੁਝ ਸਾਰਿਆਂ ਨੇ ਤਿਆਰ ਕੀਤਾ ਹੋਵੇ ਤੇ ਬਾਅਦ ਚ ਤੁਸੀਂ ਆਖੋ ਕਿ ਮੈਂ ਇਕੱਲਾ ਹੀ ਪਤਾ ਨਹੀਂ ਕੀ ਆ ਐਦਾਂ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵਾਕਈ ਗੱਲ ਸਹੀ ਹੈ ਕਿ ਅਗਰ ਕਿਸੇ ਦਾ ਨਾਮ ਕੱਟ ਦਿੱਤਾ ਜਾਂਦਾ ਵਾ ਕਿ YouTube ਤੋਂ ਨਾਮ ਕੱਟ ਦਿੱਤਾ ਜਾਂਦਾ ਕਿ ਇਹ ਬੰਦਾ ਨਹੀਂ ਹੈਗਾ ਤਾਂ ਉਸ ਬੰਦੇ ਨੂੰ ਜਿਹੜੀ ਇੰਨੀ ਮਿਹਨਤ ਕੀਤੀ ਹੁੰਦੀ ਹੈ ਤੇ ਤੁਸੀਂ ਉਹਦੇ ਬਾਰੇ ਇੰਨੀ ਮਿਹਨਤੋਂ ਨੇ ਨਾਲ ਕਰਵਾਈ ਹੋਵੇ ਇੰਨਾ ਕੁਛ ਕੀਤਾ ਉਹਨੂੰ ਦੁੱਖ ਲੱਗਦਾ ਤੇ ਉਹਦੇ ਦੁੱਖ ਨੂੰ ਵੈਸੇ ਉਹ ਵੱਦ ਦਵਾਈ ਆ ਇੱਕ ਸਾਬ ਦੀ ਜੀ ਕਿਸੇ ਦੀ ਵੱਦ ਦਵਾਈ ਹਾਂ ਨਹੀਂ ਲੈਣੇ ਚਾਹੀਦੇ ਕਿਸੇ ਦੀ ਜੇ ਕਿਸੇ ਟਾਈਮ 'ਚ ਤੁਸੀਂ ਕਿਸੇ ਦੇ ਪੈਰ ਚੁੰਮਣ ਤੇ ਕਰ ਜਾਂਦੇ ਆ ਕਿਸੇ ਨੂੰ ਜੱਫੀਆਂ ਪਾਉਣੇ ਕਿ ਮੇਰਾ ਬਹੁਤ ਵਧੀਆ ਸਾਥ ਦੇਣ ਲਿਆ ਐ ਇਦਾਂ ਐ ਉਦਾਂ ਤੇ ਹੁਣ ਮੇਰਾ ਬਹੁਤ ਸਾਰਾ ਮਿਊਜ਼ਿਕ ਜਤਿੰਦਰ ਜੀਤੂ ਭਾਜੀ ਨੇ ਕੀਤਾ ਸ਼ੁਰੂ ਤੋਂ ਕੀਤਾ ਜੀ ਮਾਸਟਰ ਸੁਲੀਮ ਭਾਈ ਨੇ ਮੇਰੀਆਂ ਪੇਟਾਂ ਕੀਤੀਆਂ ਮੇਰੇ ਪ੍ਰੋਜੈਕਟਾਂ ਦੇ ਵਿੱਚ ਬਹੁਤ ਵੱਡੇ ਵੱਡੇ ਖਾਨ ਸਾਹਿਬ ਲੋਕਾਂ ਨੇ ਉਸਤਾਦ ਲੋਕਾਂ ਨੇ ਤਬਲੇ ਵਜਾਏ ਹਾਰਮੋਨੀਅਮ ਵਜਾਏ ਫਲੂਟ ਵਜਾਈਆਂ ਤੇ ਮੈਂ ਕਦੋਂ ਉਹਨਾਂ ਦਾ ਦੇਣ ਭੁੱਲ ਸਕਦਾ ਹਾਂ ਉਹ ਸਾਰਾ ਕੁਝ ਉਹਨਾਂ ਨੇ ਰਲ ਮਿਲ ਕੇ ਮੇਰੇ ਨਾਲ ਵਧੀਆ ਚੀਜ਼ ਨੂੰ ਬਣਾਇਆ ਫੇਰ ਹੀ ਆ ਹੁਣ ਮੈਂ ਕਹਾਂ ਉਹ ਜੀ ਮੈਂ ਕੱਲਾ ਹੀ ਪਤਾ ਨਹੀਂ ਕੀਆਂ ਤੇ ਇਦਾਂ ਨਹੀਂ ਹੁੰਦਾ ਸਾਰਿਆਂ ਦਾ ਹੀ ਵਿੱਚ ਕ੍ਰੈਡਿਟ ਪ੍ਰੋਪਰੀ ਵਧੀਆ ਤਰੀਕੇ ਨਾਲ ਹੀ ਹੁੰਦਾ ਹੈ ਤੇ ਜਿਹੜੀ ਤੁਹਾਡੀ ਆਵਾਜ਼ ਹੈ ਪਰਮਾਤਮਾ ਦਾ ਸੋਰ ਬਿਲਕੁਲ ਸਹੀ ਲੱਗ ਰਿਹਾ ਤੁਹਾਡੇ ਤੇ ਅਸੀਂ ਚਾਹਾਂਗੇ ਇੱਕ ਪੇਟ ਹੋਰ ਜਿਹੜੀ ਤੁਸੀਂ ਤੁਹਾਨੂੰ ਆਪਣੇ ਦਿਲ ਨੂੰ ਪਿਆਰੀ ਲੱਗਦੀ ਹੋਵੇ ਕਿ ਮੈਂ ਆ ਚੀਜ਼ ਗਾਣਾ ਤੇ ਜਦੋਂ ਰੌਂਗਟੇ ਖੜੇ ਹੁੰਦੇ ਲੋਕਾਂ ਦੇ ਆ ਇੱਕ ਮੇਰੀ ਪੇਟ ਆਈ ਸੀ ਮਾਰਾਂਗੇ ਤੇਰਾ ਐਸਾ ਚੜਿਆ ਉਹਦੀਆਂ ਮੈਂ ਦੋ ਲਾਈਨਾਂ ਸੁਣਾ ਦਿੰਨਾ ਚੱਲਾ ਪਾਗਲ دیਵਾਨਾ ਕਵੇ ਕੋਈ ਮਸਤਾਨ ਚੱਲਾ ਪਾਗਲ دیਵਾਨਾ ਕਵੇ ਕੋਈ ਮਸਤਾਨਾ ਮੇਰੀ ਰੂਹ ਵਿੱਚ ਵਜੇ ਤੇਰੇ ਨਾਮ ਦਾ ਤਰਨ ਮੇਰੀ ਰੂਹ ਵਿੱਚ ਵਜੇ ਤੇਰੇ ਨਾਮ ਦਾ ਤਰਨ ਮੈਂ ਪਵਨਾ ਚ ਆਣ ਵੜਿਆ ਮੈਂ ਭਵਨਾ ਚਿਆਂਣ ਵੜਿਆ ਮੈਂ ਭਵਨਾ ਚਿਆਂਣ ਵੜਿਆ ਸੁਖ ਦੁਨੀਆ ਦੇ ਸਾਰੇ ਝੋਲੀ ਪੈ ਗਏ ਮਾ ਰੰਗ ਤੇਰਾ ਐਸਾ ਚੜਿਆ ساری ਦੁਨੀਆ ਦੇ ਰੰਗ ਫਿੱਕੇ ਪੈ ਗਏ ਮਾ ਰੰਗ ਤੇਰਾ ਐਸਾ ਚੜਿਆ ਮਾ ਰੰਗ ਤੇਰਾ ਐਸਾ ਚੜਿਆ ਕੈ ਬਾਤ ਹੈ ਜੀ ਤੇ ਹੁਣ ਲਾਸਟ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਬਸ ਇਹ ਹੈ ਕਿ ਰੱਬ ਨੂੰ ਮੰਨੋ ਚੰਗੇ ਕੰਮ ਕਰੋ ਮਾਪਿਓ ਦੀ ਸੇਵਾ ਕਰੋ ਜੇ 뮤זיਕ ਸਿੱਖਦੇ ਆਂ ਤੇ ਇਮਾਨਦਾਰੀ ਵਾਲਾ ਸਿੱਖੋ ਜੇ ਪੋਲਿਟਿਕਸ ਹੋਵੇ ਤੇ ਉਹ ਵੀ ਇਮਾਨਦਾਰੀ ਦੀ ਕਰੋ ਡਾਕਟਰਾਂ ਤੇ ਦਵਾਈਆਂ ਇਮਾਨਦਾਰੀਆਂ ਦੇ ਇਮਾਨਦਾਰੀ ਦਾ ਹੀ ਕੰਮ ਆ ਤੇ ਅੱਜਕੱਲ੍ਹ ਵੈਸੇ ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਇੱਥੇ ਸਾਰਾ ਕੁਝ ਵਧੀਆ ਹੀ ਰਹਿਣਾ ਚਾਹੀਦਾ ਆ ਤੇ ਬਸ ਰਲ ਮਿਲ ਕੇ ਰਹੋ ਜਿਹੜਾ ਬੰਦਾ ਲੱਗਦਾ ਨਾ ਕਿ ਗਲਤ ਕੰਮ ਕਰਦਾ ਪਿਆ ਜਾਂ ਗਲਤ ਹੋ ਰਿਹਾ ਆ ਉਹਨੂੰ ਕਹੋ ਕੁਛ ਨਾ ਕੁਛ ਐਵੇਂ ਵਧੀਆ ਗੱਲ ਨਹੀਂ ਹੈ ਕਿ ਰਾਜਨੀਤੀ ਤੁਸੀਂ ਸੰਗੀਤ ਚ ਵੀ ਰਾਜਨੀਤੀ ਲੈ ਆਏ ਤੁਸੀਂ ਹਰ ਕੰਮ ਚ ਰਾਜਨੀਤੀ ਰਾਜਨੀਤੀ ਚੁੱਕੀ ਹੈ ਰਾਜਨੀਤੀ ਵੋਟਾਂ ਵਾਸਤੇ ਬਣੀ ਆ ਜਿਹੜਾ ਚੰਗੇ ਕੰਮ ਕਰਦਾ ਉਹਨੂੰ ਪਾ ਦਿਓ ਜਿਹੜਾ ਨਹੀਂ ਕਰਦਾ ਉਹਨੂੰ ਥੋੜੀ ਪੰਜ ਸਾਲ ਵਾਸਤੇ ਰੈਸਟ ਦੇ ਦਿਓ ਇਹ ਸੰਗੀਤ ਚ ਤੇ ਯਾਰ ਕਦੀ ਇਹ ਵੇਖੋ ਹੁਣ ਕਿ ਸਾਊਥ ਵਾਲਿਆਂ ਦਾ ਉਹਨਾਂ ਦੀ ਭਾਸ਼ਾ ਅਲੱਗ ਹੋ ਸਕਦੀ ਆ ਪੰਜਾਬ ਦੀ ਤੇ ਸਾਊਥ ਦੀ ਭਾਸ਼ਾ ਅਲੱਗ ਹੋ ਸਕਦੀ ਸੁਰਤ ਇੱਕੋ ਹੀ ਆ ਸੰਗੀਤ ਤੇ ਇੱਕੋ ਹੀ ਆ ਉਹ ਤੇ ਸਾਰਿਆਂ ਨੂੰ ਹੀ ਸਮਝ ਆਉਂਦੀ ਆ ਤੇ ਮੇਰੇ ਖਿਆਲ ਚ ਸਾਰਾ ਕੁਛ ਵਧੀਆ ਹੀ ਕਰੋ ਅੱਗੇ بڑے ਵਧੀਆ ਤਿਹਾਰ ਆ ਰਹੇ ਆ ਜੈ ਮਾਤਾ ਦੀ ਮੇਰਾ ਟਾਈਮ ਹੋ ਗਿਆ ਮੈਂ ਗੋਣਾ ਜਾ ਕੇ ਠੀਕ ਹੈ ਤੁਸੀਂ ਹੁਣ ਮਿਲ ਰਹੇ ਸੀਗੇ ਵੱਡੇ ਕਲਾਕਾਰ ਹਨ ਤੇ ਮੈਂ ਸਤਵਰ ਰੂਪਾਂ ਦਾ ਕੈਮਰਾਮੈਨ ਸੋਨੂ ਤੇ ਸਾਇਲ ਦੇ ਨਾਲ ਤੁਸੀਂ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪੋਇਆ ਪਿਆਰ ਵਾਪਸ ਪਾਓ 24 ਘੰਟੇ ਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਧੋਖਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੋਖ ਬਿਮਾਰੀ ਚ ਦਵਾ ਨਾ ਲੱਗਣਾ ਕੀਤਾ ਕਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਕਸ ਪਿਆਰ ਦਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ ਸੰਪਰਕ ਕਰੋ